30 अक्टूबर को गांव मुबारकपुर चुंघा के मौजूदा अकाली सरपंच के पति अध्यापक हरकीरत सिंह का सरकारी प्राइमरी स्कूल बुर्ज में जाते समय कत्ल कर दिया गया था। जिस संबंध में हरकीरत के पिता लाल सिंह निवासी मुबारकपुर चुंघा के बयानों पर हरप्रीत सिंह उर्फ हैप्पी निवासी मुबारकपुर चुंघा व एक अज्ञात व्यक्ति के खिलाफ मामला दर्ज किया गया था। आरोपी केस में भगोड़े थे। पुलिस द्वारा जिले भर में टीम बनाकर छापेमारी की गई। 10 नवंबर को थाना लोंगोवाल के मुख्य अफसर इंस्पेक्टर विजय कुमार ने पुलिस पार्टी समेत गुप्त सूचना के आधार पर मंडेर कला से लोंगोवाल आते रास्ते पर नाकाबंदी की थी। इसी के दौरान एक सफेद रंग की स्विफ्ट कार ने पुलिस की गाड़ी में जोरदार टक्कर मार दी। गाड़ी में सवार 3 नौजवानों ने पुलिस पार्टी पर 2 फायर भी किए थे। पुलिस ने कार्रवाई करते हुए 3 गैंगस्टरों हरप्रीत सिंह उर्फ हैप्पी, गुरदर्शन सिंह उर्फ दर्शन निवासी मुबारकपुर चुंघा थाना सड़ौर व मनदीप सिंह उर्फ सोनी निवासी बुंगरा को मौके पर काबू कर लिया है। संगरूर से विनोद कुमार गोयल के साथ कुमार संजीव, आजाद टीवी न्यूज। संगरूर नूं एक कामयाबी मिली जदों 30 तरीक नूं एक मास्टर हरकीरत सिंह दा कतल होया सी, जो कि संदौर थाने च पैंदा। उह अकाली सरपंच दे हसबेंड सी। ਅਤੇ ਉਹਦੇ ਉਦੋਂ ਬਾਅਦ ਅਸੀਂ ਇਸ ਗੱਲ ਦੇ ਵਿੱਚ ਕਤਲ ਦੀ ਅਹਿਮੀਅਤ ਨੂੰ ਰੱਖਦੇ ਹੋਏ ਵੱਖ ਵੱਖ ਪਾਰਟੀ ਸਾਡੀਆਂ ਬਣਾਈਆਂ ਸੀ। ਐੱਸ ਪੀ ਮਲੇਰਕੋਟਲਾ, ਡੀ ਐੱਸ ਪੀ ਮਲੇਰਕੋਟਲਾ, ਡੀ ਐੱਸ ਪੀ ਅਹਿਮਦਗੜ੍ਹ, ਉਹ ਅਸੀਂ ਇਹਨਾਂ ਦੀ ਹੌਟ ਚੇਜ਼ ਕਰ ਰਹੇ ਸੀ। ਬੰਦੇ ਆਈਡੈਂਟੀਫਾਈ ਹੋ ਗਏ ਸੀ। ਹਰਪ੍ਰੀਤ ਹੈਪੀ ਉਹਦੇ 'ਚ ਆਈਡੈਂਟੀਫਾਈ ਹੋ ਗਿਆ, ਅਤੇ ਗੁਰਦਰਸ਼ਨ ਸਿੰਘ ਉਰਫ ਦਰਸ਼ਨ ਉਹਦੇ 'ਚ ਸਾਨੂੰ ਅਸੀਂ ਆਈਡੈਂਟੀਫਾਈ ਕਰ ਲਏ ਸੀ। ਅੱਜ ਸਾਡੇ ਇਸੇ ਕੜੀ ਦੇ ਵਿੱਚ ਇਨਫੋਰਮੇਸ਼ਨ ਮਿਲੀ ਸੀ, ਲੌਂਗੋਵਾਲ ਥਾਣੇ ਦੇ ਵਿੱਚ ਇੱਕ ਨਾਕਾ ਲਾਇਆ ਹੋਇਆ ਸੀ। ਉਹ ਨਾਕੇ ਦੇ ਵਿੱਚ ਜਦੋਂ ਰੁਕਣ ਦਾ ਇਸ਼ਾਰਾ ਕੀਤਾ, ਇਹਨਾਂ ਦੇ ਨਾਲ ਤਿੰਨ ਜਣੇ ਵਹੀਕਲ ਦੇ ਵਿੱਚ ਸੀ। ਇਹਨਾਂ ਨੇ ਨਾਕੇ ਨੂੰ ਤੋੜ ਕੇ ਮੁੜ ਕੇ ਜਦੋਂ ਭਜਾ ਲਈ ਗੱਡੀ, ਐੱਸ ਐੱਚ ਓ ਨੇ ਪਿੱਛਾ ਕੀਤਾ, ਐੱਸ ਐੱਚ ਓ ਦੀ ਗੱਡੀ ਦੇ ਵਿੱਚ ਟੱਕਰ ਮਾਰੀ, ਇਹਨਾਂ ਦੀ ਗੱਡੀ ਪਲਟ ਗਈ ਪਾਸੇ ਨੂੰ ਹੋ ਕੇ, ਉਹਦੇ ਵਿੱਚੋਂ ਨਿਕਲ ਕੇ 2 ਫਾਇਰ ਉਹਨੇ ਉਹ ਕੀਤੇ ਆ। ਉਦੋਂ ਬਾਅਦ ਅਸੀਂ ਇਹਨਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੋਏ ਹਾਂ। ਇਹਨਾਂ ਦੇ ਵਿੱਚ ਕੋਲੋਂ 1 12 ਬੋਰ, 2 ਪਿਸਤੌਲ ਇਹਨਾਂ ਤੋਂ ਰਿਕਵਰ ਹੋਏ ਆ। ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ 7 ਤਰੀਕ ਦੀ ਰਾਤ ਨੂੰ ਇਹਨਾਂ ਨੇ ਮਾਨਸਾ ਫੱਫੜਕੇ ਭਾਈਕੇ, ਜਿਹੜਾ ਪਿੰਡ ਹੈ ਫੱਫੜੇ ਭਾਈਕੇ, ਉੱਥੇ ਇਹਨਾਂ ਨੇ ਖਾਨ ਨਾਂ ਦੇ ਆਦਮੀ ਦਾ 8:30 ਵਜੇ ਕਤਲ ਕੀਤਾ। ਹੁਣ ਤੱਕ ਇਹਨਾਂ ਤੋਂ 2 ਕਤਲ, 1 ਇਰਾਦਾ ਕਤਲ ਜਿਹੜਾ ਉੱਥੇ ਸੰਦੌੜ ਏਰੀਏ ਦੇ ਵਿੱਚ ਹੋਇਆ ਸੀ, ਉਹ 1 ਜਿਹੜੀ ਹੰਡਿਆਏ ਤੋਂ ਕਾਰ ਇਹਨਾਂ ਨੇ ਉਹ ਕੀਤੀ ਸੀ, ਜਿਹੜੀ ਹਾਇਰ ਕੀਤੀ ਸੀ ਅਤੇ ਸ਼ੇਰਪੁਰ ਏਰੀਏ ਦੇ ਵਿੱਚ ਜਾ ਕੇ ਖੋਈ ਸੀ, ਉਹ ਕਾਰ ਵੀ ਉਹਨਾਂ ਤੋਂ ਰਿਕਵਰ ਹੋ ਗਈ ਹੈ। 3 ਵੈਪਨ ਰਿਕਵਰ ਹੋ ਗਏ ਆ। ਅਤੇ ਇੱਕ ਅੱਗੇ ਇਹਨਾਂ ਦੀ ਇਹ ਪਲੈਨਿੰਗ ਇਹ ਸੀ ਵੀ ਇਹ ਪਿੰਡ ਦੇ ਵਿੱਚ ਹੋਰ ਜਿਹੜੇ ਹਰਪ੍ਰੀਤ ਹੈਪੀ ਦੇ ਉਲਟ ਜੋ ਕਿਸੇ ਮੁਕੱਦਮੇ ਦੇ ਵਿੱਚ ਗਵਾਹ ਸੀ ਜਾਂ ਜਿਹਦੇ ਕਾਰਨ ਇਹਨੂੰ ਪਹਿਲੇ ਮੁਕੱਦਮੇ 'ਚ ਸਜ਼ਾ ਹੋਈ ਸੀ, ਉਹਨਾਂ ਨੂੰ ਮਾਰਨ ਦੀ ਪਲੈਨ ਸੀ। ਅਫਸਰ ਸੰਗਰੂਰ ਟੀਮ ਸੰਗਰੂਰ ਦੇ ਜਿਹੜੀ ਮੁਸਤੈਦੀ ਕਾਰਨ ਇੱਕ ਹੋਣ ਵਾਲੀ ਘਟਨਾ ਟਲ ਗਈ, ਅਤੇ ਇੱਕ ਅਹਿਮ ਜਿਹੜੇ ਕਿ ਇਹਨਾਂ ਨੇ ਇੱਕ ਗੈਂਗ ਬਣਾ ਕੇ ਅਤੇ ਧੜਾ ਧੜ ਕਤਲ ਕਰਨ ਦੀ ਜਿਹੜੀ ਬਣਾਈ ਸੀ, ਉਹਨੂੰ ਅਸੀਂ ਫੜਨ ਦੇ ਵਿੱਚ ਕਾਮਯਾਬ ਹੋਏ।